ਉਹ ਕਹਿੰਦੇ ਤਾਂ ਹੁੰਦੇ ਆ ਮੋਗਾ ਚਾਹ ਜੋਗਾ ਤੇ ਅੱਜ ਆਪਾਂ ਆਏ ਆ ਮੋਗੇ ਵਿੱਚ ਆਪਣਾ ਚਾਹੇ ਵਾਲਾ ਦੇ ਤੇ ਮੈਡਮ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸ ਦਿਆਂ ਕਿ ਇੱਥੇ ਕੀ ਵੈਰਾਈਟੀ ਮਿਲੂਗੀ ਆਪਾਂ ਨੂੰ ਚਾਹ ਦੇ ਵਿੱਚ। ਹੈਲੋ ਮੈਮ, ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਜੀ? ਬਹੁਤ ਵਧੀਆ ਜੀ। ਤੇ ਦੱਸੋ ਜੀ ਆਪਣਾ ਆਪਣਾ ਚਾਹੇ ਵਾਲਾ ਜੀ, ਆਪਾਂ ਨੂੰ ਇੱਥੇ ਕੀ ਖਾਸੀਅਤ ਆ? ਵੈਸੇ ਤਾਂ ਪਹਿਲਾਂ ਤਾਂ ਤੁਹਾਡਾ ਵੈਲਕਮ ਆ, ਅਸੀਂ ਤੁਹਾਡੇ ਮੋਗੇ ਦੇ ਵਿੱਚ ਆਪਣਾ ਚਾਹ ਵਾਲਾ ਲੈ ਕੇ ਆਏ ਹੋਏ ਆ। ਥੈਂਕ ਯੂ ਜੀ। ਠੀਕ ਆ, ਆਈ ਹੋਪ ਸੋ ਤੁਸੀਂ ਸਾਰੇ ਆਣੇ ਮੋਸਟ ਆਫ ਵਿਜ਼ਿਟ ਕਰੋਗੇ। ਠੀਕ ਆ, ਬਾਕੀ ਅਸੀਂ ਲੈ ਕੇ ਆਏ ਤੁਹਾਡੇ ਲਈ ਕੁੱਲੜ ਵਾਲੀ ਚਾਹ। ਵਾਹ ਜੀ। ਠੀਕ ਆ, ਕਿਹੜੀ ਚਾਹ ਪਸੰਦ ਹੈ ਵੈਸੇ ਤੁਹਾਨੂੰ? ਮੈਂ ਅਸੀਂ ਤਾਂ ਜੀ ਸਿਆਣਾ ਦੇ ਵਿੱਚ ਜ਼ਿਆਦਾ ਬਸ ਗੋੜ ਵਾਲੀ ਚਾਹ ਪੀ ਕੇ ਰਾਜੀ ਆ। ਠੀਕ ਆ, ਸਾਡੇ ਤਾਂ ਇਹੀ ਹੁੰਦਾ ਮੇਨ। ਬਾਕੀ ਇੱਥੇ ਆਪਾਂ ਨੂੰ ਕੀ ਮਿਲ ਜੂਗਾ? ਆਪਾਂ ਰੋਜ਼ ਵਾਲੀ ਨਹੀਂ ਪੀਤੀ ਕਦੀ ਵੀ? ਰੋਜ਼ ਵਾਲੀ ਗਲਕੰਦ ਤਾਂ ਖਾਦੀ ਆ, ਚਾਹ ਜੂ ਦਾ ਕਦੇ ਵੇਖਿਆ ਨਹੀਂ। ਅੱਜ ਅਸੀਂ ਲੈ ਕੇ ਆਏ ਆ ਤੁਹਾਡੇ ਦੀ ਰੋਜ਼ ਵਾਲੀ ਚਾਹ ਤੇ ਪਾਣ ਵਾਲੀ ਚਾਹ। ਠੀਕ ਹੈ। ਹਾਂਜੀ, ਮੈਂ ਵੀ ਅੱਜ ਆਪਾਂ ਪੀ ਕੇ ਵੇਖਨੇ ਆ ਇੱਥੇ ਰੋਜ਼ ਤੇ ਪਾਣ ਵਾਲੀ ਚਾਹ। ਹੁਣ ਕਿਹੜੀ ਪੀਵੋਗੇ ਪਹਿਲਾਂ? ਜਿਹੜੀ ਜਿਹੜੀ ਤੁਸੀਂ ਕਹੋਗੇ ਸਾਰੀਆਂ ਪਵਾਉਂਗੇ। ਅੱਜ ਅਸੀਂ ਫਰਸਟ ਡੇ ਰੱਖਿਆ ਹੋਇਆ ਆ। ਠੀਕ ਹੈ, ਅਸੀਂ ਪੂਰੇ ਮੋਗੇ ਨੂੰ ਸਾਰੀਆਂ ਚਾਹ ਸਵਾਦ ਕਰਵਾਵਾਂਗੇ। ਠੀਕ ਹੈ, ਤੇ ਆਈ ਹੋਪ ਸੋ ਤੁਸੀਂ ਆਏ ਹੋਏ ਆ ਤਾਂ ਤੁਹਾਨੂੰ ਵੀ ਸਾਰੀਆਂ ਕਰਵਾਵਾਂਗੇ। ਜ਼ਰੂਰ 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 ਪੀਵਾਂਗੇ। ਤੇ ਬਾਕੀ ਮੈਮ ਹੋਰ ਕੀ ਆਪਾਂ ਨੂੰ ਇੱਥੇ ਨਾਲ ਜੋ ਵੀ ਹੋਊਗਾ ਸਾਰਾ ਇੱਕ ਵਾਰੀ ਆਪਣੇ ਮੋਗੇ ਵਾਲਿਆਂ ਨੂੰ ਤੁਸੀਂ ਖੁੱਲ੍ਹ ਕੇ ਦੱਸ ਦਿਓ, ਤਾਂ ਕਿ ਇਕੱਲੀ ਇਕੱਲੀ ਚੀਜ਼ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਜਾਵੇ। ਸਕੂਲ ਟਾਈਮ ਦੇ ਵਿੱਚ ਕਿੰਨੀ ਕੁ ਪਾਕਿਟ ਮਨੀ ਮਿਲ ਜਾਂਦੀ ਸੀਗੀ ਇਹ ਜਾਣ ਸਕਦੀ ਹਾਂ? ਸਕੂਲ ਟਾਈਮ ਦੇ ਲਈ ਬਸ ਜੁੱਤੀਆਂ ਹੀ ਪੈਣੇ, ਪਾਕਿਟ ਮਨੀ ਦਾ ਘੱਟ ਹੀ ਮਿਲਦੇ। ਬਸ ਅਸੀਂ ਵੀ ਉਹੀ ਖਾਧੀ ਹੋਏ ਆ ਜੀ, ਕਹਿ ਸਕਦੇ ਹਾਂ। ਠੀਕ ਆ, ਜਿੱਦਾਂ ਕਿ ਘਰ ਵਾਲਿਆਂ ਨਾਲ ਲੜਾਈ ਹੁੰਦੀ ਸੀਗੀ। ਠੀਕ ਆ, ਕੁਛ ਨਹੀਂ ਮਿਲਦਾ ਹੁੰਦਾ ਸੀ 50-100 ਤੋਂ ਬਿਨਾਂ। ਠੀਕ ਆ ਨਾ, ਅਸੀਂ ਲੈ ਕੇ ਆਏ ਹਾਂ ਉਹ ਵਾਲਾ ਮੈਨਿਊ ਤੁਹਾਡੇ ਵਾਸਤੇ। ਠੀਕ ਆ, ਕਿ ਜਿਹੜਾ ਵੀ ਆਵੇ ਉਹ ਮੈਨਿਊ 'ਚ ਖੁਸ਼ ਹੋ ਕੇ ਜਾਵੇ। ਠੀਕ ਆ, ਤੁਸੀਂ ਸਾਡੇ ਮੈਨਿਊ ਦੇ ਪ੍ਰਾਈਜ਼ ਦੇ ਸਕਦੇ ਹਾਂ। ਠੀਕ ਆ, ਜੋ ਤੁਹਾਨੂੰ ਮੋਗੇ ਦੇ ਵਿੱਚ ਕਿਤੇ ਵੀ ਨਹੀਂ ਮਿਲ ਸਕਦੇ। ਇੱਥੇ ਗਾਈਜ਼ ਆਪਾਂ ਮੈਂਸ਼ਨ ਕਰ ਦਾਂਗੇ ਜਿਹੜਾ ਵੀ ਪ੍ਰਾਈਜ਼ ਆ ਇੱਥੇ ਦਾ, ਜਿਹੜੀ ਮਤਲਬ ਚਾਹ ਦਾ ਜਾਂ ਜਿੰਨੀਆਂ ਵੀ ਇੱਥੇ ਤੁਹਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਮਿਲਦੀਆਂ, ਸਾਰੀਆਂ ਦੇ ਪ੍ਰਾਈਜ਼ ਇੱਥੇ ਆਪਾਂ ਮੈਂਸ਼ਨ ਕਰ ਦਾਂਗੇ। ਇੱਥੇ ਜਿਹੜਾ ਵੀ ਇਹਨਾਂ ਦਾ ਮੈਨਿਊ ਆ ਉਹ ਤੁਸੀਂ ਦੇਖ ਲਓ, ਸਾਰਿਆਂ ਨੇ ਵਿਜ਼ਿਟ ਜ਼ਰੂਰ ਕਰਨਾ। ਬਾਕੀ ਮੈਮ ਹੋਰ ਦੱਸੀ ਚੱਲੋ ਨਾਲ ਦੀ ਨਾਲ ਤੁਸੀਂ। ਮੈਨਿਊ ਦੇ ਵਿੱਚ ਤੁਹਾਨੂੰ ਪੀਜ਼ਾ, ਪਾਸਤਾ, ਰਾਈਸ ਬਾਊਲ, ਫਰਾਈਜ਼, ਐਵਰੀਥਿੰਗ ਮਿਲੂਗਾ। ਤੇ ਉਹ ਹਰ ਇੱਕ ਵਰਾਈਟੀ ਦੇ ਵਿੱਚ ਮਿਲੂਗਾ। ਵਰਾਈਟੀ ਦੇ ਵਿੱਚ ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਪਾਸਤਾ। ਠੀਕ ਹੈ ਜੀ, ਪਾਸਤੇ ਦੇ ਵਿੱਚ ਤੁਹਾਨੂੰ ਵਾਈਟ ਪਾਸਤਾ, ਰੈੱਡ ਸੌਸ ਪਾਸਤਾ, ਮਿਕਸ ਸੌਸ ਪਾਸਤਾ, ਐਵਰੀਥਿੰਗ। ਠੀਕ ਹੈ, ਪੀਜ਼ੇ ਦੇ ਵਿੱਚ ਹਰ ਇੱਕ ਕੁਆਲਿਟੀ, ਸਾਰਾ ਕੁਛ ਆਪਾਂ ਨੂੰ ਹਰ ਥਾਂ ਮਿਲ ਸਕਦਾ ਹੈ, ਲੇਕਿਨ ਇੱਕ ਯੂਨੀਕ ਕੁਆਲਿਟੀ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਨਹੀਂ। ਮਤਲਬ ਜਿਹੜੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਮੈਂ ਸਾਡੇ ਪਿੰਡਾਂ ਵਾਲਿਆਂ ਦੇ ਹਿਸਾਬ ਨਾਲ ਦੱਸਣਾ ਚਾਹੁੰਦਾ ਵਾਂ, ਜਦੋਂ ਆਪਾਂ ਘਰੇ ਰੋਟੀ ਰੁਟੀ ਖਾਂਦੇ ਹਾਂ ਜਾਂ ਕਈ ਵਾਰੀ ਹੋਰ ਚੀਜ਼ ਖਾਂਦੇ ਹਾਂ, ਉਦੋਂ ਬਾਅਦ ਕਹਿੰਦੇ ਜਾ ਵੀ ਥੋੜ੍ਹੀ ਜਿਹੀ ਚਾਹ ਆ ਜਾਵੇ। ਹੁਣ ਆਪਾਂ ਸ਼ਹਿਰ ਦੇ ਵਿੱਚ ਜਾ ਕੇ ਪੀਜ਼ਾ ਬਰਗਰ ਤਾਂ ਖਾਂਦੇ ਹਾਂ, ਪਰ ਨਾਲ ਆਪਾਂ ਪੀਂਦੇ ਹਾਂ ਕੋਲਡ ਡਰਿੰਕ। ਇੱਥੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨਾਲ ਚਾਹ ਪੀ ਸਕਦੇ ਹਾਂ, ਮੇਨ ਚੀਜ਼ ਇਹ ਆ। ਚਾਹ ਵੀ ਪੀ ਸਕਦੇ ਹਾਂ ਸਰ, ਇਹ ਨਹੀਂ ਕਹਿ ਸਕਦੇ ਚਾਹ ਸਾਰੇ ਨਹੀਂ ਪੀਂਦੇ ਹੈਗੇ। ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਚਾਹ ਪੀਣ ਲਈ ਜਾਣਾ ਮੈਂ ਤਾਂ ਪੀਂਦਾ ਨਹੀਂ ਆ। ਸੋ ਅਸੀਂ ਆਪਾਂ ਕੋਲਡ ਕਾਫੀ ਬਾਰੇ ਵੀ ਦੱਸ ਸਕਦੇ ਹਾਂ, ਸ਼ੇਕ ਬਾਰੇ ਵੀ ਦੱਸ ਸਕਦੇ ਹਾਂ। ਸਾਰੀਆਂ ਚੀਜ਼ਾਂ ਦੱਸ ਦਿਓ ਮੈਮ, ਪਰ ਉਹਨਾਂ 'ਤੇ ਕੀ ਮਿਲੂਗਾ? ਕੁਛ ਰਹਿ ਨਾ ਜਾਵੇ, ਪਤਾ ਲੱਗਣਾ ਚਾਹੀਦਾ, ਇਹ ਨਾ ਆਵੇ ਮੋਕੇ ਲਿਆ ਕੇ ਕਹਿਣ ਵੀ ਯਾਰ ਅਸੀਂ ਤਾਂ ਆਹ ਚੀਜ਼ ਆਸਤੇ ਆਏ ਸੀ ਮਿਲੀ ਜੀ। ਨਹੀਂ ਸਰ, ਦੂਸਰੀ ਗੱਲ, ਮੇਰਾ ਸਟਾਫ ਤੁਸੀਂ ਦੇ ਸਕਦੇ ਆ, ਸਾਰੇ ਟਰਬਨ ਦੇ ਵਿੱਚ ਮਿਲੂਗਾ ਤੁਹਾਨੂੰ। ਠੀਕ ਆ, ਇੱਕ ਕਹਿੰਦੇ ਹੁੰਦੇ ਨਾ ਉਹ ਯਾਰ ਉਹ ਪੀਣਾ ਉੱਤੇ ਨਿੰਬੂ ਜਿਹਾ ਲਾ ਕੇ ਦਿੰਦੇ ਹੁੰਦੇ ਆ, ਉਹ ਪੀਣਾ ਉੱਤੇ ਛਤਰੀ ਜੀ ਵਾਲਾ ਹੈ ਨਾ, ਪਰ ਸਾਨੂੰ ਸੰਗ ਲੱਗਦੀ ਹੈ, ਅਸੀਂ ਕਹੀਏ ਕਿੱਦਾਂ ਜਾ ਕੇ। ਠੀਕ ਆ, ਬੇਝਿਜਕ ਆਓ, ਪੰਜਾਬੀ ਬੋਲੋ, ਹਿੰਦੀ ਬੋਲੋ, ਇੰਗਲਿਸ਼ ਬੋਲੋ, ਸਭ ਕੁਝ ਮਿਲੂਗਾ ਤੁਹਾਡੀ ਲੈਂਗੁਏਜ ਦੇ ਵਿੱਚ। ਸਭ ਤੋਂ ਹਨਾ ਇੱਕ ਮੇਨ ਆਦਤ ਹੁੰਦੀ ਆ ਪਿੰਡ ਵਾਲਿਆਂ ਦੀ, ਆਰਡਰ ਨਹੀਂ ਦੇਣਾ ਆਉਂਦਾ ਆ ਕੇ, ਉਹ ਬਹੁਤ ਵੱਡੀ ਚੀਜ਼ ਆ। ਇੱਥੇ ਆ ਕੇ ਤੁਸੀਂ ਆਪਣੇ ਆਪ ਸਾਰੇ ਮੁੰਡੇ ਪੱਗਾਂ ਵਾਲੇ ਖੜੇ ਆ, ਆ ਕੇ ਬਸ ਆਪਦੇ ਹਿਸਾਬ ਨਾਲ ਕਹੇ ਤੇ ਸਮਝਾ ਦਿਓ ਵੀ ਆਹ ਚੀਜ਼ ਲੈਣੀ ਆ। ਸਾਨੂੰ ਸਮਝਾ ਦਿਓ ਤੁਸੀਂ ਲੈਣਾ ਕੀ ਚਾਹੁੰਦੇ ਆ, ਤੁਹਾਨੂੰ ਉਹ ਹੀ ਮਿਲੇਗਾ। ਸਾਨੂੰ ਸਮਝਾ ਦਿਓ ਵੀ ਤੁਸੀਂ ਕੀ ਲੈਣਾ ਚਾਹੁੰਦੇ। ਮੈਂ ਤੁਹਾਨੂੰ ਉਹੀ ਕਹਿੰਦੀ ਨਾ ਵੀ ਉੱਤੇ ਛਤਰੀ ਜੀ ਲੱਗੀ ਹੁੰਦੀ ਆ, ਨਿੰਬੂ ਲੱਗਾ ਹੁੰਦਾ ਆ, ਅਸੀਂ ਉਹ ਲੈਣਾ ਚਾਹੁੰਦੇ ਆ। ਅਸੀਂ ਉਹ ਵਾਲੀ ਲੈਂਗੁਏਜ ਕਹਿੰਦੇ ਪਏ ਆ ਕਿ ਬੇਤੀ ਤੇ ਕਾਂਗੇ ਤੁਸੀਂ ਜੋ ਮੰਗੇਗੇ ਉਹੀ ਮਿਲੇਗਾ। ਤੇ ਗਾਈਜ਼ ਇੱਥੇ ਹਰੇਕ ਚੀਜ਼ ਆਪਾਂ ਨੂੰ ਇੱਥੇ ਮਿਲ ਜਾਣੀ ਆ। ਤੁਹਾਨੂੰ ਮੈਂ ਐਡਰੈਸ ਦੱਸ ਦਿੰਦਾ ਵਾਂ, ਦਸ਼ਮੇਸ਼ ਨਗਰ, ਨੀਅਰ 8 ਨੰਬਰ ਗਲੀ ਤੇ ਅੰਮ੍ਰਿਤਸਰ ਰੋਡ, ਮੋਗਾ। ਸੋ ਸਾਰੇ ਜਣੇ ਨੇ ਵਿਜ਼ਿਟ ਜ਼ਰੂਰ ਕਰਨਾ ਇੱਕ ਵਾਰੀ। ਸੋ ਓਪਨਿੰਗ ਹੋ ਗਈ ਆ ਕੱਲ ਤੋਂ, ਤੇ ਬਾਕੀ ਵਿਜ਼ਿਟ ਸੂਨ ਪਲੀਜ਼, ਵੀ ਆਰ ਵੈਲਕਮ ਟੂ ਆਪਣਾ ਚਾਏ ਵਾਲਾ। ਥੈਂਕ ਯੂ।